हाँ जी, वेलकम बैक टू माय टूडेज़ क्लास। आज दी क्लास, आज दी वीडियो दे विच असी करांगे कुछ डेली यूज़ वाले सेंटेंसेस। ठीक है, ये वीडियो जिथे अठवीं क्लास लई आ उन्हां दे सिलेबस दा पार्ट आ, उत्थे ऑल ओवर सारयां लई भी है जिहड़े अंग्रेजी सीखना चाहुंदे ने, इंप्रूव करना चाहुंदे ने, क्योंकि डेली वरतों वाले सेंटेंसेस ने। ਅਤੇ ਉਸ ਤੋਂ ਇਲਾਵਾ ਇਹਨਾਂ ਸੈਂਟੈਂਸਿਸ ਦੇ ਨਾਲ ਨਾਲ ਮੈਂ ਤੁਹਾਨੂੰ ਇਹਨਾਂ ਨਾਲ ਰਲਦੇ ਮਿਲਦੇ ਹੋਰ ਸੈਂਟੈਂਸਿਸ ਵੀ ਬਣਾ ਕੇ ਦੱਸਾਂਗੀ, ਜਿਹਨੂੰ ਆਈਡੀਆ ਲੈ ਕੇ ਜਿਹਨਾਂ ਤੋਂ ਤੁਸੀਂ ਆਪ ਉੱਦਾਂ ਦੇ ਹੋਰ ਸੈਂਟੈਂਸ ਕ੍ਰੀਏਟ ਕਰ ਸਕਦੇ ਹੋ। ਫਿਰ ਉਹਦੇ ਨਾਲ ਤੁਹਾਡੀ ਇੰਗਲਿਸ਼ ਅਤੇ ਤੁਹਾਡੀ ਕਮਾਂਡ ਹੋਊਗੀ, ਤੁਸੀਂ ਆਪਣੀ ਗੱਲ ਇੰਗਲਿਸ਼ 'ਚ ਕਹਿ ਸਕੋਗੇ। ਸੋ ਇਹ ਜਿਹੜਾ ਜੁਲਾਈ ਅਗਸਤ ਦੇ ਸਿਲੇਬਸ 'ਚੋਂ ਅੱਠਵੀਂ ਦੀ ਕਲਾਸ ਦੇ ਵਿੱਚੋਂ ਆਪਾਂ ਲੈ ਰਹੇ ਹਾਂ ਸੈਂਟੈਂਸ। ਚਲੋ ਕਰਦੇ ਹਾਂ ਸਟਾਰਟ ਬੇਟਾ। फर्स्ट सेंटेंस, मेरे पिता जी बाजार जाणगे। पिता जी माई फादर हो गया, जाणगे फ्यूचर टेंस आ, गे आ लग्या होया जिथे उथे विल लगना है ना, जां शैल लगना। फ्यूचर की निशानी वर्ब की पहली फॉर्म लगनी है हमेशा। सो माई फादर विल गो टू द मार्केट। मार्केट हो गया बाजार, जाणगे गो हो गया। ठीक है, हुण जे इत्थे कहना मेरे माता जी बाजार जाणगे, माई मदर विल गो टू द मार्केट। जे कहना होवे मैं बाजार जावांगा, आई विल गो टू द मार्केट। तुसी बाजार जावोगे, यू विल गो टू द मार्केट। हुण जे होवे की तुसी बाजार जावोगे, आपां पुछदे हां, है ना, फिर विल मूहरे कढ दो, विल यू गो टू मार्केट। ठीक, इदां दे तुसी डेली यूज़ करन वाला सेंटेंस आ। रब मेरी मदद करेगा, जदों कोई औखी घड़ी आउंदी असीं कहिंदे रब मेरी मदद करेगा, गॉड विल हैल्प मी। ਠੀਕ, ਇੱਥੇ ਜੇ ਕਹਿਣਾ ਵੀ ਤੁਸੀਂ ਮੇਰੀ ਮਦਦ ਕਰੋਗੇ, ਯੂ ਵਿਲ ਹੈਲਪ ਮੀ, ਮੈਂ ਤੁਹਾਡੀ ਮਦਦ ਕਰਾਂਗਾ, ਆਈ ਵਿਲ ਹੈਲਪ ਯੂ। ਠੀਕ, ਅਗਲਾ ਹੈਗਾ ਉਹ ਤੇਜ਼ ਦੌੜ ਰਿਹਾ ਹੈ। ਉਹ ਹੋ ਗਿਆ ਹੀ, ਦੌੜਨਾ ਹੁੰਦਾ ਰਨ, ਤੇਜ਼ ਹੁੰਦਾ ਫਾਸਟ, ਰਿਹਾ ਹੈ ਲੱਗਿਆ ਹੋਇਆ ਇਹਦਾ ਮਤਲਬ ਕੰਟੀਨਿਊਸ ਟੈਂਸ ਆ, ਹੈ ਲੱਗਿਆ ਮਗਰ ਮਤਲਬ ਪ੍ਰੈਜੈਂਟ ਆ, ਪ੍ਰੈਜੈਂਟ ਕੰਟੀਨਿਊਸ ਆ। ਪ੍ਰੈਜੈਂਟ ਕੰਟੀਨਿਊਸ ਦੀ ਨਿਸ਼ਾਨੀ ਕੀ ਹੁੰਦੀ ਹੈ ਪੁੱਤ? ਇਜ਼ ਲੱਗਿਆ ਹੁੰਦਾ ਅਤੇ ਨਾਲ ਵਰਬ ਦੀ ਪਹਿਲੀ ਫਾਰਮ ਨਾਲ ਇੰਗ ਲੱਗਿਆ ਹੁੰਦਾ। ਹੁਣ ਕੀ ਬਣ ਗਿਆ ਸਾਰਾ ਸੈਂਟੈਂਸ? ਹੀ ਇਜ਼ ਰਨਿੰਗ ਫਾਸਟ। ਹੁਣ ਜੇ ਆਪਾਂ ਇੱਥੇ ਕੁੜੀ ਦੀ ਗੱਲ ਕਰੀਏ, ਉਹ ਤੇਜ਼ ਦੌੜਦੀ ਹੈ, ਸ਼ੀ ਇਜ਼ ਰਨਿੰਗ ਫਾਸਟ। ਮੈਂ ਤੇਜ਼ ਦੌੜਦਾ, ਆਈ ਦੇ ਨਾਲ ਫਿਰ ਐੱਮ ਲੱਗਦਾ, ਇਜ਼ ਨਹੀਂ ਲੱਗੂ, ਆਈ ਐੱਮ ਰਨਿੰਗ ਫਾਸਟ। ਜੇ ਹੁਣ ਉੱਥੇ ਉਹ ਬਹੁਤਿਆਂ ਲਈ ਉਹ ਤੇਜ਼ ਦੌੜਦੇ ਹਨ, ਹੈ ਦੀ ਜਗ੍ਹਾ 'ਤੇ ਹਨ ਹੁੰਦਾ, ਫਿਰ ਦੇ ਆ ਜਾਂਦਾ ਹੀ ਦੀ ਜਗ੍ਹਾ 'ਤੇ, ਫਿਰ ਇਸ ਦੀ ਜਗ੍ਹਾ 'ਤੇ ਕੀ ਆ ਜਾਣਾ ਸੀ? ਆਰ, ਦੇ ਆਰ ਰਨਿੰਗ ਫਾਸਟ। ਹੁਣ ਤੇਜ਼ ਦੀ ਜਗ੍ਹਾ 'ਤੇ ਜੇ ਹੌਲੀ ਹੁੰਦਾ ਫਿਰ ਉੱਥੇ ਸਲੋ ਵਰਤ ਲੈਂਦੇ ਅਸੀਂ, ਹੀ ਇਜ਼ ਰਨਿੰਗ ਸਲੋ। ਠੀਕ, ਇਸ ਤਰੀਕੇ ਨਾਲ ਤੁਸੀਂ ਇਸ ਸੈਂਟੈਂਸ ਤੋਂ ਕਿੰਨੇ ਸਾਰੇ ਹੋਰ ਸੈਂਟੈਂਸ ਬਣਾ ਸਕਦੇ ਹੋ। ਹਾਂਜੀ, ਮੂਵ ਟੂ ਨੈਕਸਟ। ਚਪੜਾਸੀ ਘਾਂਟੀ ਨਹੀਂ ਵਜਾ ਰਿਹਾ ਹੈ। ਚਪੜਾਸੀ ਹੁੰਦਾ ਪੀਅਨ, ਘਾਂਟੀ ਹੁੰਦੀ ਹੈ ਵੈਲ, ਵਜਾਉਣਾ ਹੁੰਦਾ ਰਿੰਗ ਕਰਨਾ, ਆਰ ਆਈ ਐੱਨ ਜੀ। ਹੁਣ ਇੱਥੇ ਵੀ ਰਿਹਾ ਲੱਗਿਆ ਹੋਇਆ, ਇੰਗ ਲੱਗੂਗਾ, ਹੈ ਲੱਗਿਆ ਹੋਇਆ ਮਤਲਬ ਇਸ ਐੱਮ ਆਰ 'ਚੋਂ ਕੁਛ ਲੱਗੂਗਾ। ਹੁਣ ਚਪੜਾਸੀ ਇੱਕ ਆ ਇਸ ਲਈ ਇਜ਼ ਲੱਗਣਾ, ਤਾਂ ਪੀ ਐੱਨ ਇਜ਼, ਹੁਣ ਨਹੀਂ ਲੱਗਿਆ ਹੋਇਆ, ਇੱਧਰ ਨੋਟ ਲੱਗਿਆ ਨਹੀਂ ਹੋਇਆ, ਦੇਖੋ ਇੱਥੇ ਨੋਟ ਲਾਉਣਾ ਗਾ। ਦਾ ਪੀ ਐੱਨ ਇਜ਼ ਨੋਟ ਰਿੰਗਿੰਗ ਦਾ ਬੈੱਲ। ਜੇ ਆਪਾਂ ਇਕੱਲਾ ਸਿੱਧਾ ਬਣਾਈਏ, ਚਪੜਾਸੀ ਘਾਂਟੀ ਵਜਾ ਰਿਹਾ, ਦਾ ਪੀ ਐੱਨ ਇਜ਼ ਰਿੰਗਿੰਗ ਦਾ ਬੈੱਲ। ਮੈਂ ਘਾਂਟੀ ਵਜਾ ਰਿਹਾ, ਆਈ ਐੱਮ ਰਿੰਗਿੰਗ ਦਾ ਬੈੱਲ। ਤੁਸੀਂ ਘਾਂਟੀ ਵਜਾ ਰਹੇ ਹੋ, ਯੂ ਆਰ ਰਿੰਗਿੰਗ ਦਾ ਬੈੱਲ, ਯੂ ਦੇ ਨਾਲ ਆਰ ਲੱਗਣੀ ਆ। ਹੁਣ ਜੇ ਆਪਾਂ ਕਹੀਏ ਕੀ ਚਪੜਾਸੀ ਘਾਂਟੀ ਵਜਾ ਰਿਹਾ, ਕੀ ਲਾ ਤਾਂ ਮੂਹਰੇ, ਤਾਂ ਜਿਹੜਾ ਇਜ਼ ਆ ਉਹਨੂੰ ਆਪਾਂ ਫਰੰਟ 'ਤੇ ਲਿਆਵਾਂਗੇ, ਆਈ ਕੈਪੀਟਲ ਕਰ ਦਾਂਗੇ ਅਤੇ ਮਗਰ ਸਾਈਨ ਆਫ ਇੰਟੈਰੋਗੇਸ਼ਨ ਲਾ ਦਾਂਗੇ, ਇਜ਼ ਦਾ ਪੀਅਨ ਰਿੰਗਿੰਗ ਦਾ ਵੈਲ। ਹਾਂਜੀ, ਮੂਵ ਟੂ ਨੈਕਸਟ। ਵਿਦਿਆਰਥੀ ਪੜ੍ਹ ਰਹੇ ਹੋਣਗੇ। ਵਿਦਿਆਰਥੀ ਕੀ ਹੁੰਦੇ ਨੇ? ਸਟੂਡੈਂਟਸ। ਪੜ੍ਹਨ ਦੀ ਅੰਗਰੇਜ਼ੀ ਹੁੰਦੀ ਹੈ ਸਟੱਡੀ, ਰਹੇ ਲੱਗਿਆ ਹੋਇਆ ਹੁਣ ਇੰਗ ਲੱਗ ਜਾਣਾ, ਸਟੱਡਿੰਗ ਬਣ ਜੂ। ਹੋਣਗੇ ਜਿਹੜਾ ਪਿੱਛੇ ਆ ਗਿਆ, ਹੋਣਗੇ ਕੀ ਦੱਸ ਰਿਹਾ? ਫਿਊਚਰ ਟੈਂਸ ਆ, ਰਿਹਾ ਦੱਸ ਰਿਹਾ ਫਿਊਚਰ ਕੰਟੀਨਿਊਜ਼ ਆ। ਹੁਣ ਫਿਊਚਰ ਦੀ ਨਿਸ਼ਾਨੀ ਹੁੰਦੀ ਆ ਵੈਲ, ਕੰਟੀਨਿਊਜ਼ ਦੇ ਨਾਲ ਵੈਲ ਦੇ ਨਾਲ ਬੀ ਵੀ ਲੱਗਦਾ ਗਾ। ਸੋ ਸਟੂਡੈਂਟਸ ਵੈਲ ਵੀ ਸਟੱਡਿੰਗ, ਵਿਦਿਆਰਥੀ ਪੜ੍ਹ ਰਹੇ ਹੋਣਗੇ। ਵਿਦਿਆਰਥੀ ਨਹੀਂ ਪੜ੍ਹ ਰਹੇ ਹੋਣਗੇ ਤਾਂ ਵੈਲ ਅਤੇ ਵੀ ਦੇ ਗੱਭੇ ਨੋਟ ਲਾ ਦੇਣਾ, ਦ ਸਟੂਡੈਂਟਸ ਵੈਲ ਨੋਟ ਵੀ ਸਟੱਡਿੰਗ। ਠੀਕ ਆ, ਮੂਵ ਟੂ ਨੈਕਸਟ। ਹਾਂਜੀ, ਕਿਸਾਨ ਆਰਾਮ ਨਹੀਂ ਕਰ ਰਹੇ ਹੋਣਗੇ। ਕਿਸਾਨ ਕੌਣ ਹੁੰਦੇ ਨੇ? ਫਾਰਮਰਸ। ਠੀਕ, ਐੱਫ ਏ ਆਰ ਐੱਮ ਈ ਆਰ, ਫਿਰ ਐੱਸ ਲਾਤੀ, ਬਹੁਤੇ ਬਣ ਗਏ ਫਾਰਮਰਸ। ਆਰਾਮ ਕਰਨਾ ਹੁੰਦਾ ਰੈਸਟ ਕਰਨਾ, ਪਰ ਰਹੇ ਲੱਗਿਆ ਹੋਇਆ ਰੈਸਟਿੰਗ ਹੋ ਜੂ। ਠੀਕ, ਅਤੇ ਫਿਰ ਹੋਣਗੇ ਆ ਤਾਂ ਵੈਲ ਵੀ ਲੱਗੂਗਾ, ਰਹੇ ਵੀ ਆ ਤਾਂ ਬੀ ਵੀ ਲੱਗੂਗਾ, ਹੈ ਨਾ ਨਾਲ। ਦ ਫਾਰਮਰਸ ਵਿਲ ਨੋਟ ਵੀ ਰੈਸਟਿੰਗ,
ਨੋਟ ਨਹੀਂ ਲੱਗਿਆ ਵੀ ਅਸਲੀ ਬੈਲ ਅਤੇ ਵੀ ਦੇ ਗੱਭੇ ਅਸੀਂ ਨੋਟ ਲਾਤਾ ਦੇਖੋ ਧਿਆਨ ਨਾਲ ਦ ਫਾਰਮਰਸ ਵਿਲ ਨੋਟ ਵੀ ਰੈਸਟਿੰਗ ਜੇ ਹੈਗਾ ਇਹੀ ਹੁੰਦਾ ਨਹੀਂ ਨਾ ਲੱਗਿਆ ਹੁੰਦਾ ਫਿਰ ਅਸੀਂ ਨੋਟ ਕੱਟ ਦੇਣਾ ਸੀ ਸਿੱਧਾ ਲਿਖਣਾ ਸੀ ਫਾਰਮਰਸ ਵਿਲ ਵੀ ਰੈਸਟਿੰਗ ਜੇ ਹੁਣ ਕੀ ਫਾਰਮਰ ਆਰਾਮ ਕਰ ਰਹੇ ਹੋਣਗੇ ਠੀਕ ਆ ਫਿਰ ਵੈਲ ਨੂੰ ਅਸੀਂ ਫਰੰਟ 'ਤੇ ਲਿਖ ਦੇਣਾ ਡਬਲਯੂ ਵੱਡੀ ਕਰ ਦੇਣੀ ਹੈ ਅਤੇ ਮਗਰ ਸਾਈਨ ਆਫ ਇੰਟੈਰੋਗੇਸ਼ਨ ਲਾ ਦੇਣਾ ਵੈਲ ਦਾ ਫਾਰਮਰ ਵੀ ਰੈਸਟਿੰਗ ਨੈਕਸਟ ਸੁਸ਼ੀਲ ਨੇ ਆਪਣਾ ਕੰਮ ਕਰ ਲਿਆ ਹੈ ਸੁਸ਼ੀਲ ਤਾਂ ਹੁਣ ਸੁਸ਼ੀਲ ਹੀ ਲਿਖਾਂਗੇ ਸਪੈਲਿੰਗ ਦੇਖ ਲਓ ਸੁਸ਼ੀਲ ਕਿਵੇਂ ਪਊ SUSHIL ਸੁਸ਼ੀਲ ਠੀਕ ਆ ਹੁਣ ਆਪਣਾ ਕੰਮ ਕਰ ਲਿਆ ਹੈ ਹੋ ਚੁੱਕਿਆ ਡਨ ਕਦੋਂ ਦਾ ਹੈ ਨਾ ਸੋ ਇੱਥੇ ਕੀ ਹੋ ਗਿਆ ਪਰਫੈਕਟ ਟੈਂਸ ਆ ਕਰ ਲਿਆ ਹੈ ਹੈ ਦਾ ਪ੍ਰੈਜੈਂਟ ਆ ਮਤਲਬ ਜਿੱਥੇ ਹੈ ਲੱਗਿਆ ਵੀ ਉੱਥੇ ਹੈ ਹਨ ਲੱਗਿਆ ਵਿਆ ਉਹ ਪ੍ਰੈਜੈਂਟ ਨੇ ਜੇ ਸੀ ਸਨ ਆ ਤਾਂ ਪਾਸਟ ਨੇ ਠੀਕ ਆ ਗੇ ਗਈ ਲੱਗਿਆ ਹੋਇਆ ਤਾਂ ਫਿਊਚਰ ਨੇ ਹੁਣ ਇੱਥੇ ਕੀ ਹੋ ਗਿਆ ਪ੍ਰੈਜੈਂਟ ਪਰਫੈਕਟ ਆ ਪਰਫੈਕਟ ਦੀ ਨਿਸ਼ਾਨੀ ਹੁੰਦੀ ਆ ਹੈਜ਼ ਜਾਂ ਹੈਵ ਲੱਗੂ ਵਰਬ ਦੀ ਤੀਜੀ ਫੋਰਮ ਲੱਗੂ ਹੁਣ ਸੁਸ਼ੀਲ ਇਕੱਲਾ ਇੱਥੇ ਇੱਕ ਸਿੰਗੂਲਰ ਆ ਸੋ ਹੈਜ਼ ਦੀ ਵਰਤੋਂ ਹੋ ਸੁਸ਼ੀਲ ਹੈਜ਼ ਡੂ ਦੀ ਤੀਜੀ ਫਾਰਮ ਹੋ ਗਈ ਡਨ ਹਿਜ਼ ਵਰਕ ਸੁਸ਼ੀਲ ਹੈਜ਼ ਡਨ ਹਿਜ਼ ਵਰਕ ਹੁਣ ਇੱਥੇ ਕੋਈ ਵੀ ਨਾ ਹੋ ਸਕਦਾ ਮੈਂ ਆਪਣਾ ਕੰਮ ਖਤਮ ਕਰ ਲਿਆ ਹੋ ਸਕਦਾ ਠੀਕ ਆ ਫਿਰ ਆਈ ਹੈਵ ਡਨ ਮਾਈ ਵਰਕ ਹੋ ਜੂਗਾ ਤੁਸੀਂ ਆਪਣਾ ਕੰਮ ਖਤਮ ਕਰ ਲਿਆ ਯੂ ਹੈਵ ਡਨ ਯੂਰ ਵਰਕ ਹੋ ਜੂ ਹਾਂਜੀ ਨੈਕਸਟ ਹੈਗਾ 32 ਮੇਰੇ ਅਧਿਆਪਕ ਨੇ ਕਾਪੀ ਚੈੱਕ ਕਰ ਲਈ ਹੈ ਮੇਰਾ ਅਧਿਆਪਕ ਮਾਈ ਟੀਚਰ ਚੈੱਕ ਕਰਨਾ ਚੈੱਕਡ ਹੋ ਗਿਆ ਕਾਪੀ ਨੋਟਬੁੱਕ ਹੋ ਗਈ ਕਰ ਲਈ ਹੈ ਇਹ ਵੀ ਪਰਫੈਕਟ ਆ ਹੈ ਲੱਗਿਆ ਵਿਆ ਇਹਦਾ ਮਤਲਬ ਹੈਜ਼ ਜਾਂ ਹੈਵ 'ਚੋਂ ਲੱਗੂ ਟੀਚਰ ਇੱਕਾ ਤੋਂ ਹੈਜ਼ ਲੱਗੂ ਬਣ ਗਿਆ ਮਾਈ ਟੀਚਰ ਹੈਜ਼ ਚੈੱਕਡ ਨੋਟਬੁੱਕ ਜੇ ਹੁਣ ਨਹੀਂ ਲੱਗਿਆ ਹੁੰਦਾ ਨਹੀਂ ਕੀਤੀ ਫਿਰ ਹੈਜ਼ ਨੋਟ ਲਾਉਂਦੇ ਹੈ ਨਾ ਜੇ ਕਹੀ ਅਧਿਆਪਕ ਨੇ ਮੇਰੇ ਅਧਿਆਪਕ ਨੇ ਮੇਰੀ ਕਾਪੀ ਚੈੱਕ ਕਰ ਲਈ ਹੈ ਫਿਰ ਮਾਈ ਟੀਚਰ ਹੈ ਚੈੱਕਡ ਮਾਈ ਨੋਟਬੁੱਕ ਠੀਕ ਆ ਅਗਲਾ ਮੁੰਡਿਆਂ ਨੇ ਕੁਰਸੀ ਨਹੀਂ ਤੋੜੀ ਹੈ ਮੁੰਡੇ ਬੋਆਇਜ਼ ਹੋ ਗਏ ਬਹੁਤੇ ਨੇ ਹੈ ਨਾ ਬੋਆਇਜ਼ ਬਹੁਤੇ ਨੇ ਤਾਂ ਫਿਰ ਹੈਵ ਲੱਗੂਗਾ ਤੋੜੀ ਹੈ ਵੀ ਪਰਫੈਕਟ ਟੈਂਸ ਹੀ ਚੱਲ ਰਿਹਾ ਤੋੜਨ ਦੀ ਅੰਗਰੇਜ਼ੀ ਹੁੰਦੀ ਹੈ ਬ੍ਰੇਕ ਅਤੇ ਹੁਣ ਤੀਜੀ ਫਾਰਮ ਕੀ ਹੋ ਗਈ ਉਹਦੀ ਬਰੋਕਨ ਚੇਅਰ ਕੁਰਸੀ ਹੁਣ ਕੀ ਬਣੂ ਟੈਂਸ ਦ ਬੋਆਇਜ਼ ਹੈਵ ਨੋਟ ਬਰੋਕਨ ਦ ਚੇਅਰ ਮੂਵ ਟੂ ਨੈਕਸਟ ਮੈਨੂੰ ਇੱਕ ਨੌਕਰੀ ਮਿਲ ਗਈ ਹੈ ਠੀਕ ਨੌਕਰੀ ਹੁੰਦੀ ਹੈ ਜੋਬ ਮੈਨੂੰ ਆਈ ਹੋ ਗਿਆ ਮਿਲ ਗਈ ਹੈ ਇਹ ਵੀ ਹੋ ਚੁੱਕਿਆ ਕੰਮ ਆ ਸੋ ਹੈਵ ਆਈ ਦੇ ਨਾਲ ਕੀ ਯੂਜ਼ ਹੁੰਦਾ ਹੈਵ ਆਈ ਹੈਵ ਗੋਟ ਆ ਜੋਬ ਠੀਕ ਜੇ ਹੁਣ ਮੈਨੂੰ ਨਹੀਂ ਮਿਲੀ ਆਈ ਹੈਵ ਨੋਟ ਗੋਟ ਆ ਜੋਬ ਠੀਕ ਅਗਲਾ ਕਿਸੇ ਨੇ ਮੈਨੂੰ ਬੁਲਾਇਆ ਹੈ ਕਿਸੇ ਨੇ ਮੀਨਸ ਸੰਬਨ ਸਾਨੂੰ ਪਤਾ ਹੀ ਨਹੀਂ ਕੌਣ ਆ ਸੰਬਨ ਬੁਲਾਇਆ ਹੈ ਇੱਕ ਦੀ ਗੱਲ ਆ ਤਾਂ ਹੈਜ਼ ਲੱਗ ਗਿਆ ਬੁਲਾਉਣਾ ਕਾਲਡ ਮੈਨੂੰ ਮੀ ਸੰਬਨ ਹੈਜ਼ ਕਾਲਡ ਮੀ ਜੇ ਆਪਾਂ ਕਿਸੇ ਨੇ ਤੈਨੂੰ ਬੁਲਾਇਆ ਸੰਬਨ ਹੈਜ਼ ਕਾਲਡ ਯੂ ਜੇ ਹੁਣ ਆਪਾਂ ਕਹੀਏ ਕਿਸੇ ਦਾ ਨਾਂ ਲੈ ਕੇ ਵੀ ਮੋਹਨ ਹੀ ਲਾ ਲਓ ਮੋਹਨ ਨੇ ਮੈਨੂੰ ਬੁਲਾਇਆ ਫਿਰ ਅਸੀਂ ਮੂਹਰੇ ਮੋਹਨ ਲਾ ਦਾਂਗੇ ਮੋਹਨ ਹੈਜ਼ ਕਾਲਡ ਮੀ ਮੰਮੀ ਨੇ ਤੈਨੂੰ ਬੁਲਾਇਆ ਜਾਂ ਮੈਨੂੰ ਮੰਮੀ ਨੇ ਮੈਨੂੰ ਬੁਲਾਇਆ ਮੋਮ ਹੈਜ਼ ਕਾਲਡ ਮੀ ਜੇ ਆਪਾਂ ਕਹੀਏ ਆਪਾਂ ਸੁਨੇਹਾ ਲਾਉਂਦੇ ਆ ਕੇ ਮੰਮੀ ਨੇ ਤੈਨੂੰ ਬੁਲਾਇਆ ਮੋਮ ਹੈਜ਼ ਕਾਲਡ ਯੂ ਠੀਕ ਆ ਹਾਂਜੀ ਮੂਵ ਟੂ ਨੈਕਸਟ ਮੋਹਨ ਨੇ ਇੱਕ ਗੀਤ ਗਾਇਆ ਹੈ ਇਹ ਵੀ ਹੋ ਚੁੱਕਿਆ ਕੰਮ ਆ ਗੀਤ ਗਾ ਚੁੱਕਿਆ ਹਟ ਚੁੱਕਿਆ ਉਹ ਗਾ ਕੇ ਗਾਉਣਾ ਹੁੰਦਾ ਸਿੰਗ SING ਦੂਜੀ ਫਾਰਮ ਹੁੰਦੀ ਹੈ SANG ਹੈ ਨਾ ਹੁਣ ਤੀਸਰੀ ਫਾਰਮ SUNG ਦੀ ਵਰਤੋਂ ਹੋਣੀ ਆ ਕਿਉਂਕਿ ਪਰਫੈਕਟ ਟੈਂਸ ਆ ਗੀਤ ਹੁੰਦਾ ਸੌਂਗ ਮੋਹਨ ਦਾ ਮੋਹਨ ਹੀ ਲੱਗ ਜੂ ਮੋਹਨ ਹੈਜ਼ ਸੰਗ ਆ ਸੌਂਗ ਠੀਕ ਜੇ ਨਹੀਂ ਗਾਇਆ ਹੁੰਦਾ ਤਾਂ ਫਿਰ ਆਪਾਂ ਲਿਖਦੇ ਮੋਹਨ ਹੈਜ਼ ਨੋਟ ਸੰਗ ਆ ਸੌਂਗ ਠੀਕ ਹੈ ਜੇ ਆਪਾਂ ਕਹਿੰਦੇ ਮੋਹਨ ਗੀਤ ਗਾ ਰਿਹਾ ਹੈ ਫਿਰ ਕੀ ਕਹਿੰਦੇ ਮੋਹ ਰਿਹਾ ਹੈ ਨਾ ਅਤੇ ਫਿਰ ਇਜ਼ MR 'ਚੋਂ ਮੋਹਨ ਇਜ਼ ਸਿੰਗਿੰਗ ਅ ਸੌਂਗ ਹਾਂਜੀ ਮੂਵ ਟੂ ਨੈਕਸਟ 37th ਕੁੜੀਆਂ ਜਮਾਤ ਵਿੱਚ ਚਲੀਆਂ ਗਈਆਂ ਹਨ ਕੁੜੀਆਂ ਕੀ ਹੋ ਗਈਆਂ ਗਰਲਸ ਬਹੁਤੀਆਂ ਨੇ ਤਾਂ ਹੈਵ ਲੱਗੂ ਗਈਆਂ ਹਨ ਇਹ ਵੀ ਹੋ ਚੁੱਕਿਆ ਹੈਵ ਹੈਜ਼ 'ਚੋਂ ਲੱਗਣਾ ਹੈਵ ਲੱਗੂਗਾ ਜਾਣ ਦੀ ਗੋ ਹੁੰਦੀ ਹੈ ਤੀਜੀ ਫਾਰਮ ਕੀ ਹੋ ਗਈ ਗੋ ਵੈਂਟ ਗੋਨ ਕਿੱਥੇ ਗਈਆਂ ਨੇ ਕਲਾਸ ਟੂ ਦਾ ਕਲਾਸ ਦ ਗਰਲਸ ਹੈਵ ਗੋਨ ਟੂ ਦਾ ਕਲਾਸ ਹਾਂਜੀ ਇਸ ਤਰੀਕੇ ਨਹੀਂ ਆ ਤਾਂ ਨੋਟ ਲਾ ਦਿਓ ਤੁਸੀਂ ਮੁੰਡੇ ਵਰਤ ਮੁੰਡੇ ਕਲਾਸ ਵਿੱਚ ਚਲੇ ਗਏ ਦ ਬੋਆਇਜ਼ ਹੈਵ ਗੋਨ ਟੂ ਦਾ ਕਲਾਸ
ਅਸੀਂ ਕਲਾਸ ਵਿੱਚ ਚਲੇ ਗਏ, ਠੀਕ ਆ। ਇੱਦਾਂ ਤੁਸੀਂ ਕਿੰਨੇ ਸਾਰੇ ਹੋਰ ਸੈਂਟੈਂਸਿਸ ਬਣਾ ਸਕਦੇ ਹੋ। ਤੋ 38th, ਪੁਲਿਸ ਨੇ ਚੋਰ ਨੂੰ ਨਹੀਂ ਫੜਿਆ ਹੈ। ਪੁਲਿਸ ਦਾ ਪੁਲਿਸ ਆਊ, ਠੀਕ, ਦਾ ਪੁਲਿਸ POLICE ਪੁਲਿਸ ਨੇ ਫੜਿਆ ਨਹੀਂ ਹੈ, ਇਹ ਵੀ ਹੋ ਚੁੱਕੀ ਗੱਲ ਦੀ ਆ ਵੀ ਉਹਨੇ ਫੜਿਆ ਹੀ ਨਹੀਂ ਸੀ। ਹੈਜ਼ ਲੱਗਣਾ, ਪੁਲਿਸ ਇੱਕ ਸਿੰਗੂਲਰ ਵਰਡ ਹੋ ਗਿਆ ਨਾ, ਨਾਊਨ ਹੋ ਗਿਆ। ਹੈਜ਼ ਨਹੀਂ ਦਾ ਨੋਟ ਲੱਗ ਗਿਆ, ਫੜਨ ਦੀ ਹੁੰਦੀ ਹੈ ਕੈਚ, ਤੀਜੀ ਫੋਮ ਹੋ ਗਈ ਕਾਟ, ਚੋਰ ਹੁੰਦਾ ਥੀਪ। ਸੋ ਦ ਪੁਲਿਸ ਹੈਜ਼ ਨਾਟ ਕਾਟ ਦਾ ਥੀਪ, THIEF, ਠੀਕ। ਚਲੋ ਜੀ, ਨੈਕਸਟ, ਉਹ ਇਸ ਸਾਲ ਪਾਸ ਨਹੀਂ ਹੋਇਆ ਹੈ। ਪਾਸ ਨੂੰ ਤਾਂ ਪਾਸ ਹੀ ਕਹਾਂਗੇ, ਤੀਜੀ ਫਾਰਮ ਪਾਸਡ ਹੋ ਗਈ, ਈਡੀ ਲੱਗ ਜੂ, ਉਹਦੀ ਹੀ ਹੋ ਗਈ। ਇਸ ਸਾਲ ਦਿਸ ਯੀਅਰ, ਸੋ ਫਿਰ ਇਹਦਾ ਕੀ ਬਣ ਗਿਆ, ਹੀ ਹੈਜ਼ ਨਾਟ ਪਾਸਡ ਦਿਸ ਯੀਅਰ, ਠੀਕ। ਹੁਣ ਜੇ ਆਪਾਂ ਕਹੀਏ ਉਹ ਇਸ ਸਾਲ ਪਾਸ ਹੋਇਆ ਹੈ, ਫਿਰ ਨਾਟ ਕੱਟ ਦਾਂਗੇ ਬੇਟਾ, ਹੀ ਹੈਜ਼ ਪਾਸਡ ਦਿਸ ਯੀਅਰ, ਠੀਕ। ਜੇ ਕਹੀਏ ਕੀ ਉਹ ਇਸ ਸਾਲ ਪਾਸ ਹੋਇਆ ਹੈ, ਆਪਾਂ ਪ੍ਰਸ਼ਨ ਪੁੱਛਦੇ ਹਾਂ ਕਿਸੇ ਬੱਚੇ ਬਾਰੇ ਵੀ ਉਹ ਫੇਲ ਹੋ ਗਿਆ ਸੀ ਪਿਛਲੀ ਵਾਰ, ਕੀ ਇਸ ਵਾਰ ਪਾਸ ਹੋਇਆ, ਫਿਰ ਹੈਜ਼ ਨੂੰ ਕੀ ਕਰ ਦਾਂਗੇ, ਫਰੰਟ 'ਤੇ ਲਿਆਵਾਂਗੇ, ਐਚ ਕੀ ਕਰ ਦਾਂਗੇ, ਕੈਪੀਟਲ ਕਰ ਦਾਂਗੇ, ਐਂਡ 'ਤੇ ਸਾਈਨ ਆਫ ਇੰਟਰੋਗੇਸ਼ਨ ਲਾ ਦਾਂਗੇ, ਹੈਜ਼ ਹੀ ਪਾਸ ਦਿਸ ਯੀਅਰ। ਹਾਂਜੀ, ਮੂਵ ਟੂ ਨੈਕਸਟ, ਮੇਰੇ ਅੰਕਲ ਨੇ ਮੈਨੂੰ ਤੋਹਫੇ ਵਿੱਚ ਘੜੀ ਦਿੱਤੀ। ਮੇਰੇ ਅੰਕਲ, ਮਾਈ ਅੰਕਲ ਹੋ ਗਿਆ, ਦੇਣਾ ਗਿਵ ਹੁੰਦਾ, ਠੀਕ, ਦਿੱਤੀ ਇਹ ਕਿਹੜਾ ਪਾਸ ਟੈਂਸ ਆ, ਤੋ ਫਿਰ ਗੇਬ ਹੋ ਗਿਆ, GAVE, ਘੜੀ ਹੁੰਦੀ ਆ ਵਾਚ, ਤੋਹਫਾ ਕੀ ਹੁੰਦਾ ਗਿਫਟ, ਸੋ ਕੀ ਬਣ ਗਿਆ, ਮਾਈ ਅੰਕਲ ਗੇਵ ਅ ਵਾਚ ਐਜ਼ ਆ ਗਿਫਟ, ਠੀਕ। ਜੇ ਨਹੀਂ ਦਿੱਤੀ ਤਾਂ ਨੋਟ ਲਾ ਦਾਂਗੇ ਫਿਰ, ਠੀਕ। ਚਲੋ ਜੀ, ਪਰ ਨੋਟ ਇੱਥੇ ਪਾਸ ਟੈਂਸ ਆ, ਫਿਰ ਡਿਡ ਨੋਟ ਲੱਗੂਗਾ, ਅਤੇ ਡਿਡ ਨੋਟ ਤੋਂ ਬਾਅਦ ਵਰਬ ਦੀ ਪਹਿਲੀ ਫੋਰਮ ਲੱਗਦੀ ਹੁੰਦੀ ਆ। ਚਲੋ ਜੀ, ਅਗਲਾ 41 'ਤੇ ਦਿਆਂ, ਉਸ ਨੇ ਸੱਚ ਨਹੀਂ ਬੋਲਿਆ। ਉਸਨੇ ਹੀ, ਸੱਚ ਹੁੰਦਾ ਟਰੁੱਥ, ਬੋਲਣਾ ਹੁੰਦਾ ਸਪੀਕ, ਸੋ ਕੀ ਹੋ ਗਿਆ, ਹੀ ਨਹੀਂ ਆ ਗਿਆ ਨਾ, ਦੇਖੋ ਪਾਸ ਟੈਂਸ ਆ, ਮੈਂ ਹੁਣੇ ਉੱਪਰ ਗੱਲ ਕਰਕੇ ਡਿਡ ਨੋਟ ਲੱਗਣਾ, ਹੀ ਡਿਡ ਨੋਟ, ਪਹਿਲੀ ਫੋਰਮ ਸਪੀਕ ਹੋ ਗਈ ਦਾ ਟਰੁੱਥ, ਹੀ ਡਿਡ ਨੋਟ ਸਪੀਕ ਦਾ ਟਰੁੱਥ। ਜੇ ਹੁਣ ਇੱਥੇ ਹੁੰਦਾ ਫਿਰ ਵੀ ਉਹਨੇ ਸੱਚ ਬੋਲਿਆ, ਨਹੀਂ ਨਾ ਹੁੰਦਾ, ਫਿਰ ਡਿਡ ਨੋਟ ਸਾਰਾ ਉੱਡ ਜਾਣਾ ਸੀ, ਹੀ ਸਪੀਕ ਦੀ ਫਿਰ ਦੂਸਰੀ ਫੋਰਮ ਲੱਗਣੀ ਸੀ, ਹੈ ਨਾ, ਸਪੋਕ ਦਾ ਟਰੁੱਥ। ਚਲੋ ਜੀ, ਨੈਕਸਟ, ਮੈਨੂੰ ਉਸ ਦਿਨ ਬੁਖਾਰ ਸੀ। ਉਸ ਦਿਨ ਮੀਨਸ ਉਹ ਦਿਨ, ਪੁਰਾਣਾ ਦਿਨ ਦੀ ਗੱਲ, ਦੈਟ ਡੇ, ਮੈਨੂੰ ਆਈ ਬੁਖਾਰ, ਫੀਵਰ ਸੀ, ਇਹ ਵੀ ਪਾਸਟ ਆ, ਠੀਕ ਆ, ਫਿਰ ਇਸ ਕਰਕੇ ਹੈਡ ਲੱਗਿਆ, ਪਾਸਟ ਪਰਫੈਕਟ ਆ। ਉਸ ਦਿਨ ਬੁਖਾਰ ਸੀ, ਆਈ ਹੈਡ ਫੀਵਰ ਦੈਟ ਡੇ, ਠੀਕ। ਚਲੋ ਜੀ, ਨੈਕਸਟ, ਅਸੀਂ ਡਾਕਟਰ ਨੂੰ ਬੁਲਾ ਲਿਆ ਸੀ। ਅਸੀਂ ਮੀਨਸ ਬੀ, ਬੁਲਾਉਣਾ ਕਾਲ, ਡਾਕਟਰ ਡਾਕਟਰ ਹੋ ਗਿਆ, ਬੀ ਹੈਡ ਕਾਲ ਦਾ ਡਾਕਟਰ, ਅਸੀਂ ਨਰਸ ਨੂੰ ਬੁਲਾ ਲਿਆ, ਵੀ ਹੈਡ ਕਾਲ ਦਾ ਨਰਸ, ਅਸੀਂ ਮੰਮਾ ਨੂੰ ਬੁਲਾ ਲਿਆ, ਵੀ ਹੈਡ ਕਾਲ ਦਾ ਮੋਮ, ਠੀਕ। ਇਸ ਤਰੀਕੇ ਨਾਲ ਤੁਸੀਂ ਹੋਰ ਸੈਂਟੈਂਸ ਬਣਾ ਸਕਦੇ ਹੋ, ਟਰਾਈ ਕਰੋ। ਨੈਕਸਟ, ਅਗਲਾ, ਬੁੱਢੇ ਆਦਮੀ ਨੇ ਇੱਕ ਘਰ ਬਣਾਇਆ। ਬੁੱਢਾ ਆਦਮੀ, ਓਲਡ ਮੈਨ, ਘਰ, ਹਾਊਸ, ਬਣਾਉਣਾ ਬਿਲਟ, ਸੋ ਕੀ ਬਣ ਗਿਆ, ਦਾ ਓਲਡ ਮੈਨ ਬਿਲਟ ਆ ਹਾਊਸ। ਹਾਂਜੀ, ਨੈਕਸਟ ਹੈ ਜੀ, ਅਸੀਂ ਬਹੁਤ ਮਜ਼ਾ ਕਰ ਚੁੱਕੇ ਸੀ, ਕਰ ਚੁੱਕੇ ਸੀ, ਇਹ ਵੀ ਪਾਸਟ ਆ ਸੀ, ਚੁੱਕੇ ਕਹਿੰਦਾ ਪਰਫੈਕਟ ਆ, ਹੋ ਚੁੱਕੇ ਕੰਮ ਦੀ ਗੱਲ ਆ, ਪਰਫੈਕਟ 'ਚ ਜਿਹੜਾ ਪਾਸਟ ਪਰਫੈਕਟ ਆ ਉਹਦੇ 'ਚ ਹੈਡ ਅਤੇ ਤੀਜੀ ਫੋਰਮ ਲੱਗਦੀ ਆ। ਦੇਖੋ ਜੀ, ਫਿਰ ਹੁਣ ਇਹਦਾ ਕੀ ਬਣਿਆ, ਅਸੀਂ ਹੋ ਗਿਆ ਵੀ, ਵੀ ਹੈਡ ਅ ਲੋਟ ਆਫ ਫਨ, ਇੱਥੇ ਮੇਡ ਵੀ ਆ ਸਕਦਾ, ਹੈ ਨਾ, ਆਉਣਾ ਚਾਹੀਦਾ ਸੀ, ਹੈ ਨਾ, ਵੀ ਹੈਡ ਮੇਡ ਅ ਲੋਟ ਆਫ ਫਨ, ਤੀਜੀ ਫੋਰਮ ਤੋਂ ਗੈਬ ਹੋ ਗਈ ਫਿਰ, ਜੇ ਮੇਡ ਨਹੀਂ ਆਉਂਦੇ, ਹੈ ਨਾ। ਚਲੋ ਜੀ, ਨੈਕਸਟ, ਸੁਧਾ ਨੇ ਖੇਡ ਖੇਡੀ ਸੀ। ਸੁਧਾ ਦੀ, ਸੁਧਾ ਹੀ ਲਿਖਾਂਗੇ, ਸੁਧਾ ਦੀ ਸਪੈਲਿੰਗ ਦੇਖ ਲਓ ਕਿਵੇਂ ਪਾਵੋਂਗੇ, SUDHA, ਸੁਧਾ, ਹਾਂ, ਖੇਡੀ ਸੀ, ਇਹ ਵੀ ਹੋ ਚੁੱਕੇ ਸਮੇਂ ਦੀ ਗੱਲ ਆ। ਹੈਡ, ਖੇਡਣਾ, ਪਲੇ ਹੁੰਦਾ, ਤੂੰ ਪਲੇਡ ਬਣ ਗਈ ਤੀਜੀ ਫੋਰਮ, ਖੇਡ ਹੁੰਦੀ ਹੈ ਗੇਮ, ਦਾ ਗੇਮ, ਸੁਧਾ ਹੈਡ ਪਲੇਡ ਦਾ ਗੇਮ।
ਜੇ ਤੁਸੀਂ ਆਪਾਂ ਕਹਿੰਦੇ ਤੁਸੀਂ ਖੇਡ ਖੇਡੀ ਸੀ ਯੂ ਹੈਡ ਪਲੇਡ ਦਾ ਗੇਮ, ਮੈਂ ਖੇਡ ਖੇਡੀ ਸੀ ਆਈ ਹੈਡ ਪਲੇਡ ਦਾ ਗੇਮ, ਉਹਨਾਂ ਨੇ ਖੇਡ ਖੇਡੀ ਸੀ ਦੇ ਹੈਡ ਪਲੇਡ ਦਾ ਗੇਮ, ਨਹੀਂ ਆ ਤਾਂ ਹੈਡ ਤੋਂ ਬਾਅਦ ਨੋਟ ਲੱਗ ਜੂ। ਹਾਂਜੀ 47 ਨੰਬਰ, ਮੇਰੀ ਸਹੇਲੀ ਨੇ ਮੇਰੀ ਮਦਦ ਕੀਤੀ ਸੀ, ਮੇਰੀ ਸਹੇਲੀ ਮਾਈ ਫਰੈਂਡ, ਹੈਲਪ ਮਦਦ ਹੋ ਗਈ, ਕੀਤੀ ਸੀ ਪਾਸਟ ਦਾ ਤਾਂ ਕੀ ਹੋ ਗਿਆ ਹੈਲਪਡ ਬਣ ਗਿਆ। ਮੇਰੀ ਮੀ ਠੀਕ ਆ, ਇਹ ਵੀ ਪਿਛਲੇ ਉਹਦੇ ਸਮੇਂ ਦੀ ਗੱਲ ਆ, ਪਰਫੈਕਟ ਦੀ ਚੱਲ ਰਹੀ ਹੈ। ਮਾਈ ਫਰੈਂਡ ਹੈਡ ਹੈਲਪਡ ਮੀ, ਜੇ ਆਪਾਂ ਕਹੀਏ ਤੁਸੀਂ ਮੇਰੀ ਮਦਦ ਕੀਤੀ ਯੂ ਹੈਡ ਹੈਲਪਡ ਮੀ, ਠੀਕ ਉਹਨੇ ਮੇਰੀ ਮਦਦ ਕੀਤੀ ਹੀ ਹੈਡ ਹੈਲਪਡ ਮੀ, ਓਕੇ। ਹਾਂਜੀ 48th, ਬਿੱਲੀ ਨੇ ਦੁੱਧ ਨਹੀਂ ਪੀਤਾ ਸੀ, ਬਿੱਲੀ ਦੇ ਸਿਰਾਣੇ ਕਿਤੇ ਦੁੱਧ ਰਹਿੰਦਾ ਪਰ, ਹੈ ਨਾ। ਬਿੱਲੀ ਹੋ ਗਈ ਕੈਟ, ਪੀਣਾ ਹੁੰਦਾ ਡਰਿੰਕ, ਡਰਿੰਕ ਦੀ ਤੀਜੀ ਫਾਰਮ ਹੋ ਗਈ ਡਰੰਕ, ਡੀ ਆਰ ਯੂ ਐੱਨ ਕੇ, ਦੁੱਧ ਦੀ ਅੰਗਰੇਜ਼ੀ ਹੋ ਗਈ ਭਾਈ ਮਿਲਕ। ਹੁਣ ਫਿਰ ਪੂਰਾ ਸੈਂਟੈਂਸ ਦੇਖੋ, ਦਾ ਕੈਟ ਹੈਡ ਨਾਟ ਡਰੰਕ ਮਿਲਕ, ਓਕੇ ਹੋ ਗਿਆ ਡਰੰਕ, ਸਾਰਾ ਪਤਾ ਲੱਗ ਗਿਆ। ਹੁਣ ਇਹਦਾ ਚਾਹੇ ਤਾਂ ਕੁਛ ਬਣਾ ਲਓ, ਕੁੱਤੇ ਨੇ ਦੁੱਧ ਨਹੀਂ ਪੀਤਾ ਸੀ, ਮੈਂ ਦੁੱਧ ਨਹੀਂ ਪੀਤਾ ਸੀ, ਹੈ ਨਾ, ਉਹਨੇ ਦੁੱਧ ਨਹੀਂ ਪੀਤਾ ਸੀ, ਮੋਹਨ ਨੇ ਦੁੱਧ ਨਹੀਂ ਪੀਤਾ ਸੀ। ਤੁਸੀਂ ਸਬਜੈਕਟ ਚੇਂਜ ਕਰੋਗੇ, ਬਾਕੀ ਸੈਂਟੈਂਸ ਉਹੀ ਆ। ਹਾਂਜੀ ਸੋਨੂ ਨੇ ਤੈਨੂੰ ਧੱਕਾ ਨਹੀਂ ਮਾਰਿਆ ਸੀ, ਸੋਨੂ ਦਾ ਸੋਨੂ ਹੀ ਆਊ, ਐੱਸ ਓ ਐੱਨ ਯੂ ਸੋਨੂ, ਹੈ ਨਾ। ਫਿਰ ਬਣ ਗਿਆ ਧੱਕਾ ਦਾ ਹੁੰਦਾ ਪੁਸ਼ ਕਰਨਾ, ਪੀ ਯੂ ਐੱਸ ਐੱਚ, ਹੁਣ ਨਹੀਂ ਮਾਰਿਆ ਸੀ ਇਹ ਵੀ ਪਾਸਟ ਦੀ ਆ, ਈਡੀ ਲਾ ਦੇਣੀ ਹੈ ਫਿਰ ਉਹਦੇ ਮਗਰ, ਪੁਸ਼ ਤੈਨੂੰ ਦਾ ਹੋ ਗਿਆ ਯੂ ਹੋ ਗਿਆ। ਹੁਣ ਕੀ ਬਣ ਗਿਆ ਦੇਖੋ ਸਾਰਾ ਸੈਂਟੈਂਸ, ਸੋਨੂ ਹੈਡ ਨਾਟ ਪੁਸ਼ਡ ਯੂ, ਜੇ ਆਪਾਂ ਕਹੀਏ ਜੀ ਉਹਨੇ ਸੋਨੂ ਨੇ ਤੈਨੂੰ ਧੱਕਾ ਮਾਰਿਆ ਸੀ, ਹੈ ਨਾ, ਫਿਰ ਕੀ ਕਹਿੰਦਾ ਸੋਨੂ ਹੈਡ ਪੁਸ਼ਡ ਯੂ ਨਾਟ, ਅਸੀਂ ਕੱਟ ਦਾਂਗੇ, ਜੇ ਕਿ ਤੁਸੀਂ ਮੈਨੂੰ ਧੱਕਾ ਮਾਰਿਆ, ਯੂ ਹੈਡ ਪੁਸ਼ਡ ਮੀ, ਮੈਨੂੰ ਤਾਂ ਫਿਰ ਮੀ ਆ ਜੂ ਅੰਡ 'ਤੇ, ਠੀਕ ਆ, ਉਹਨੇ ਮੈਨੂੰ ਧੱਕਾ ਮਾਰਿਆ ਸੀ, ਹੀ ਹੈਡ ਪੁਸ਼ਡ ਮੀ। ਚਲੋ ਜੀ ਲਾਸਟ ਸੈਂਟੈਂਸ, ਦਾਦੀ ਨੇ ਚੰਗੀ ਕਹਾਣੀ ਸੁਣਾਈ ਸੀ, ਦਾਦੀ ਕੀ ਹੁੰਦੀ ਆ ਗ੍ਰੈਂਡ ਮਦਰ, ਗ੍ਰੈਂਡ ਮਦਰ ਨੂੰ ਅਸੀਂ ਦਾਦੀ ਕਹਿੰਦੇ ਹਾਂ, ਗ੍ਰੈਂਡ ਫਾਦਰ ਨੂੰ ਅਸੀਂ ਦਾਦਾ ਕਹਿੰਦੇ ਹਾਂ, ਹੈ ਨਾ। ਚਲੋ ਜੀ ਗ੍ਰੈਂਡ ਮਦਰ ਹੋ ਗਿਆ ਦਾਦੀ, ਕਹਾਣੀ ਹੁੰਦੀ ਆ ਸਟੋਰੀ, ਚੰਗੀ ਗੁੱਡ ਹੋ ਗਈ, ਸੁਣਾਉਣਾ ਹੁੰਦਾ ਟੈਲ, ਸੁਣਾਈ ਸੀ ਆ ਇੱਥੇ ਤਾਂ ਫਿਰ ਕੀ ਹੋ ਗਿਆ ਟੈਲ ਦੀ ਤੀਜੀ ਫਾਰਮ ਹੋ ਗਈ ਟੋਲਡ, ਠੀਕ। ਹਾਂਜੀ ਹੁਣ ਦੇਖੋ ਸਾਰਾ ਸੈਂਟੈਂਸ ਕੀ, ਗ੍ਰੈਂਡ ਮਦਰ ਹੈਡ ਟੋਲਡ ਆ ਗੁੱਡ ਸਟੋਰੀ, ਜੇ ਹੁਣ ਗ੍ਰੈਂਡ ਫਾਦਰ ਕਹਿ ਦੀਏ ਇੱਥੇ ਗ੍ਰੈਂਡ ਫਾਦਰ ਹੈਡ ਟੋਲਡ ਆ ਗੁੱਡ ਸਟੋਰੀ, ਮਦਰ ਹੈਡ ਟੋਲਡ ਆ ਗੁੱਡ ਸਟੋਰੀ, ਯੂ ਹੈਡ ਟੋਲਡ ਆ ਗੁੱਡ ਸਟੋਰੀ, ਜੇ ਹੁਣ ਕਹੀਏ ਬੁਰੀ ਕਹਾਣੀ ਸੁਣਾਈ ਆ, ਯੂ ਹੈਡ ਟੋਲਡ ਮੀ ਆ ਬੈਡ ਸਟੋਰੀ, ਠੀਕ। ਜੇ ਨਹੀਂ ਲਾਉਂਦੇ ਹਾਂ ਤਾਂ ਵਿੱਚ ਹੈਡ ਤੋਂ ਬਾਅਦ ਫਿਰ ਅਸੀਂ ਨਹੀਂ ਲਾ ਦੇਣਾ। ਜੇ ਹੁਣ ਅਸੀਂ ਕਹਿੰਦੇ ਕੀ ਦਾਦੀ ਨੇ ਚੰਗੀ ਕਹਾਣੀ ਸੁਣਾਈ ਸੀ ਤਾਂ ਹੈਡ ਨੂੰ ਫਰੰਟ 'ਤੇ ਲਿਆਓ, ਐੱਚ ਓ ਦੀ ਵੱਡੀ ਕਰ ਦਿਓ ਕੈਪੀਟਲ, ਅਤੇ ਮਗਰ ਸਾਈਨ ਆਫ ਇੰਟੈਰੋਗੇਸ਼ਨ ਬੇਟਾ। ਇਹ ਸੀ ਤੁਹਾਡੇ ਸੈਂਟੈਂਸ, ਅਤੇ ਇਹਨਾਂ ਨਾਲ ਦੇ ਤੁਹਾਨੂੰ ਕਿੰਨੇ ਦੱਸੇ ਨੇ, ਤੁਸੀਂ ਆਪ ਵੀ ਟਰਾਈ ਕਰੋ ਹੋਰ ਬਣਾਉਣ ਦੇ, ਠੀਕ। ਇਸੇ ਤਰੀਕੇ ਨਾਲ ਛੋਟੇ ਛੋਟੇ ਸੈਂਟੈਂਸ ਦੇ ਨਾਲ ਥੋੜ੍ਹੇ ਛੋਟੇ ਛੋਟੇ ਐਫਰਟਸ ਨਾਲ ਹੀ ਇੰਗਲਿਸ਼ ਆ ਜੂਗੀ, ਕਮਾਂਡ ਹੋ ਜੂ ਹੌਲੀ ਹੌਲੀ, ਕੋਈ ਗੱਲ ਨਹੀਂ, ਹੈ ਨਾ। ਥੈਂਕਸ ਫੋਰ ਵਾਚਿੰਗ ਬੇਟਾ, ਬਾਏ।